ਸਾਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕਲਾਸ 10th CBSE ਦਾ ਪਾਠ ਅੰਗ ਸੰਗ ਉਸ ਦਾ ਸੰਖੇਪ ਸਾਰ ਕਰਾਂਗੇ ਆਪਾਂ ਜੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕਣ ਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਸੰਖੇਪ ਸਾਰ ਪਾਠ ਅੰਗ ਸੰਗ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮਰੀਕ ਯਾਦ ਕਰਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਦਾ ਭਰਾ ਉਸ ਨੂੰ ਲੈਣ ਗਿਆ ਸੀ ਕਿਉਂਕਿ ਉਹਨਾਂ ਦਾ ਪਿਓ ਬਿਮਾਰ ਸੀ ਦੂਜੇ ਦਿਨ ਹੀ ਉਸਦੇ ਪਿਓ ਦੀ ਮੌਤ ਹੋ ਗਈ ਅਮਰੀਕ ਇੱਕ ਸਰਕਾਰੀ ਮੁਲਾਜ਼ਮ ਸੀ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਅਮਰੀਕ ਦੇ ਤੇ ਆ ਗਈ ਉਹ ਲੋਕ ਜਿਨ੍ਹਾਂ ਤੋਂ ਕਰਤਾਰ ਸਿੰਘ ਨੇ ਕਰਜ਼ਾ ਲਿਆ ਹੋਇਆ ਸੀ ਸਾਰੇ ਅਮਰੀਕ ਕੋਲ ਆਉਣ ਲੱਗੇ ਅਮਰੀਕ ਦੀਆਂ ਦੋ ਭੈਣਾਂ ਵੇਈਆਂ ਹੋਈਆਂ ਸਨ ਅਤੇ ਇੱਕ ਛੋਟਾ ਭਰਾ ਮਹਿੰਦਰ ਸੀ ਜੋ ਕਿ ਆਰਾਮਪਸੰਦ ਸੀ ਤੇ ਇੱਕ ਛੋਟੀ ਭੈਣ ਸੀ ਜੋ ਸਤਵੀਂ ਚ ਪੜਦੀ ਸੀ ਅਮਰੀਕ ਨੂੰ ਯਾਦ ਆ ਰਿਹਾ ਸੀ ਕਿ ਜਦੋਂ ਉਹ ਛੋਟਾ ਸੀ ਤਾਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਸੀ ਉਸ ਦਾ ਪਿਓ ਬਹੁਤ ਐਬੀਸੀ ਬਹੁਤ بڑا ਐਬੀਸੀ ਉਹ ਬੜੀ ਸ਼ਰਾਬ ਪਿੰਦਾ ਸੀ ਆਪਣੇ ਪਿਓ ਜੋ ਕਿ ਸਿੰਗਾਪੁਰਵੀ ਸੀ ਦੇ ਪੈਸਿਆਂ ਤੇ ਐਸ਼ ਕਰਦਾ ਸੀ ਉਸ ਦੀ ਮਰਨ ਤੋਂ ਬਾਅਦ ਉਸ ਦੇ ਪਿਓ ਨੂੰ ਥੋੜੀ ਔਕ ਹੋਈ ਪਰ ਕੰਮ ਉਸਨੇ ਫਿਰ ਵੀ ਕੋਈ ਨਹੀਂ ਕੀਤਾ ਨਸ਼ੇ ਕਰਨ ਦੀ ਆਦਤ ਉਸ ਨੂੰ ਹੋਰ ਜ਼ੋਰ ਫੜਦੀ ਗਈ ਅਮਰੀਕ ਨੂੰ ਯਾਦ ਆਇਆ ਕਿ ਉਸ ਦੀ ਭੂਆ ਦੀਆਂ ਕੁੜੀਆਂ ਦੇ ਵਿਆਹ ਤੇ ਉਸ ਦਾ ਪਿਓ ਬੰਡਣ ਕੇ ਜਾਣਾ ਚਾਹੁੰਦਾ ਸੀ ਪੈਸੇ ਨਾ ਹੋਣ ਤੇ ਉਸ ਨੇ ਆਪਣੀ 2 ਕਿੱਲੇ ਜ਼ਮੀਨ ਗਹਿਣੇ ਧਰ ਦਿੱਤੀ ਅਮਰੀਕ ਦੇ ਛੋਟੇ ਭਰਾ ਮਹਿੰਦਰ ਨੂੰ ਤਕੜਾ ਹੋ ਕੇ ਕੰਮ ਕਰਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੇ ਪਿਓ ਨੇ ਪੌਣਾ ਕਿੱਲਾ ਜ਼ਮੀਨ ਅਮਰੀਕ ਦੀ ਭੈਣ ਦੀ ਸੱਸ ਦੇ ਇਕੱਠ ਤੇ ਗਹਿਣੇ ਪਾ ਦਿੱਤਾ ਸੀ ਅਮਰੀਕ ਨੂੰ ਬਹੁਤ ਗੁੱਸਾ ਆਇਆ ਕਿ ਉਸਦੀ ਮਾਂ ਨੇ ਉਸ ਕੋਲੋਂ ਕਰਜ਼ਿਆਂ ਤੇ ਪਿਓ ਦੇ ਨਸ਼ਿਆਂ ਦੀ ਗੱਲ ਲੁਕੋਈ। ਉਹ ਕਹਿੰਦਾ ਹੈ ਕਿ ਜੇ ਉਸ ਦਾ ਪਿਓ ਜ਼ਿੰਦਾ ਹੁੰਦਾ ਤਾਂ ਜਿਹੜੀ ਦੋ ਕਿੱਲੇ ਜ਼ਮੀਨ ਬਣਦੀ ਸੀ ਉਹ ਵੀ ਗਹਿਣੇ ਪੈ ਜਾਂਦੀ। ਇੰਜ ਜਾਪਦਾ ਹੈ ਜਾਪਦਾ ਸੀ ਕਿ ਜਿਵੇਂ ਹੁਣ ਉਹ ਸਾਰੇ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਂਦੇ ਸੁਰਖਰੂ ਹੋਈ ਮਹਿਸੂਸ ਕਰ ਰਹੇ ਸਨ। ਤੇ ਬੱਚੋ ਇਹ ਸੀ ਸੰਖੇਪ ਸਾਰ ਪਾਠ ਅੰਗ ਸੰਗ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ